ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਾਂਗੇ ਅੱਜ 27 ਜੂਨ ਅੱਜ ਰਾਤ ਦੇ ਮੌਸਮ ਦੀ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਕੀ ਮੌਸਮ ਦੀ ਹਲਚਲ ਹੋਣ ਦੇ ਸਾਰ ਨੇ ਸੋ ਪਹਿਲਾਂ ਹਵਾਵਾਂ ਦੀ ਗੱਲ ਕਰਦੇ ਹਾਂ ਹਵਾਵਾਂ ਨਿਰੰਤਰ ਲਗਾਤਾਰ ਦੱਖਣ ਪੂਰਬੀ ਦਿਸ਼ਾ ਤੋਂ ਪੰਜਾਬ ਦੇ ਵਿੱਚ ਵਗਦੀਆਂ ਰਹਿਣਗੀਆਂ ਅੱਜ ਲਗਭਗ ਸ਼ਾਮ 7-8 ਵਜੇ ਤੋਂ ਲੈ ਕੇ ਕੱਲ ਸਵੇਰ ਤੱਕ ਜਿਨ੍ਹਾਂ ਦੀ ਗਤੀ ਹਲਕੀ ਮੱਧਮ ਰਹੇਗੀ 5 ਤੋਂ ਲੈ ਕੇ 15 ਜਾਂ 20 ਕਿਲੋਮੀਟਰ ਬਾਕ-ਬਾਕ ਇਲਾਕਿਆਂ ਵਿੱਚ ਹਵਾਵਾਂ ਦੀ ਗਤੀ ਰਹੇਗੀ ਸੋ ਇਹਨਾਂ ਦੱਖਣ ਪੂਰਬੀ ਹਵਾਵਾਂ ਲਗਾਤਾਰ ਚੱਲਣ ਕਰਕੇ ਨਮੀ ਦੀ ਮਾਤਰਾ ਜਿੱਥੇ ਪੰਜਾਬ ਦੇ ਵਿੱਚ ਵੱਧ ਰਹੀ ਹੈ ਤਾਂ ਉਸ ਦੇ ਕਾਰਨ ਥੋੜਾ ਜਿਹਾ ਹਮਸ ਦਾ ਮਾਹੌਲ ਥੋੜਾ ਜਿਹਾ ਪੰਜਾਬ ਦੇ ਵਸਨੀਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਪਰ ਇਹ ਹਵਾਵਾਂ ਹਜੇ ਆਉਣ ਵਾਲੇ ਦਿਨਾਂ ਤੱਕ ਚੱਲਦੀਆਂ ਰਹਿਣਗੀਆਂ ਜਿਸ ਕਰਕੇ ਥੋੜਾ ਜਿਹਾ ਗਰਮੀਆਚ ਮਾਹੌਲ ਹੈ ਉਹ ਬਣਿਆ ਰਹੇਗਾ ਸੋ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਰਕੇ ਟੈਂਪਰੇਚਰ ਕਾਬੂ ਵਿੱਚ ਹਨ ਪਰ ਫਿਰ ਵੀ ਇਸ ਨਮੀ ਦੇ ਕਰਕੇ ਗਰਮੀ ਜਿਹੜੀ ਕਾਫੀ ਜ਼ਿਆਦਾ ਭਾਰੀ ਪ੍ਰਤੀਤ ਹੋ ਰਹੀ ਹੈ ਕਾਫੀ ਜ਼ਿਆਦਾ ਗਰਮੀ ਦੇ ਕਾਰਨ ਲੋਕ ਪਰੇਸ਼ਾਨ ਹੋ ਗਏ ਨੇ ਇਹ ਜਿਹੜਾ ਮਾਹੌਲ ਹੈ ਫਿਲਹਾਲ ਆਉਣ ਵਾਲੇ 2-4 ਦਿਨਾਂ ਤੱਕ ਜਾਰੀ ਰਹੇਗਾ ਤੇ ਪੰਜਾਬ ਦੇ ਵਿੱਚ ਰਾਤ ਦੇ ਸਮੇਂ ਅੱਜ ਕੋਈ ਜ਼ਿਆਦਾ ਮੌਸਮ ਦੇ ਵਿੱਚ ਹਲਚਲ ਨਹੀਂ ਹੋਵੇਗੀ ਹਲਕੀ ਟੁੱਟਵੇਂ ਬੱਦਲਵਾਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖਣ ਨੂੰ ਜ਼ਰੂਰ ਮਿਲੇਗੀ ਖਾਸ ਤੌਰ ਤੇ ਜੋ ਪੰਜਾਬ ਦੇ ਉੱਤਰੀ ਤਰਾਈ ਭਾਗ ਹੋਣਗੇ ਉਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਥੋੜੀ ਬਹੁਤ ਬੱਦਲਾਂ ਦੀ ਹਲਕੀ ਫੁਲਕੀ ਗਰਜ ਚਮਕ ਹੋ ਸਕਦੀ ਹੈ ਜਿਹੜੇ ਇਲਾਕੇ ਹਿਮਾਚਲ ਦੇ ਜ਼ਿਆਦਾ ਨੇੜੇ ਪੈਂਦੇ ਨੇ ਉਸ ਤੋਂ ਬਿਨਾਂ ਬਾਕੀ ਪੰਜਾਬ ਦੇ ਮੌਸਮ ਦੇ ਵਿੱਚ ਕੋਈ ਜ਼ਿਆਦਾ ਵੱਡੀ ਹਲਚਲ ਨਹੀਂ ਹੋਵੇਗੀ ਰਾਤ ਦਾ ਘੱਟੋ ਘੱਟ ਤਾਪਮਾਨ 28 ਤੋਂ ਲੈ ਕੇ 30 ਡਿਗਰੀ ਦੇ ਆਸ-ਪਾਸ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤਾ ਜਾਵੇਗਾ